ਕਿਵੇਂ ਫਿਰ ਬਾਈ ਮਨਪ੍ਰੀਤ ਕਰਦਾ ਚਾ ਤੂੰ ਡੂ ਡੂ ਹੁਣ ਫਿਰ ਪੂਰਾ ਹੁਣ ਤਾਂ ਪੈਸਟਲ ਦਾ ਸੀਮਨ ਵੱਧ ਬਣਾ ਲਾ ਪਤੰਦਰਾ ਸਾਰਾ ਪੈਸਟਲ ਪੈਸਟਲ ਹੀ ਹੋਈ ਪਈ ਆ ਰਿੰਗਾਂ ਦੇ ਵਿੱਚ ਹੈ ਤੇ ਦੂਸਰਾ ਨੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਪੈਸਟਲ ਦੀ ਝੋਟੀ ਦੋਸਤੋ ਇਹਦਾ ਇੱਥੇ DLFA ਦੇ ਪਹਿਲਾ ਨੰਬਰ ਰਿਹਾ ਵਾ ਪਹਿਲਾ ਪ੍ਰਾਈਜ਼ ਇਹਨੇ ਹਾਸਲ ਕੀਤਾ ਤੇ ਨੋਟਾਂ ਦੀ ਵਰਖਾ ਸਾਹਮਣੇ ਜਿਹੜਾ ਮੰਨ ਲਓ ਕੈਂਠੇ ਨਾਲ ਸੋਨੇ ਦੇ ਕੈਂਠੇ ਨਾਲ ਇਹਦਾ ਮਾਣ ਸਨਮਾਨ ਕੀਤਾ ਗਿਆ ਦੋਸਤੋ ਤੇ ਇਹ ਬਾਈ ਜੀ ਹੁਣੀ ਸਪੈਸ਼ਲ ਤੁਸੀਂ ਦੇਖ ਸਕਦੇ ਆ ਜਿਹੜੇ ਵੀਰ ਹੁਣੀ ਕੈਨੇਡਾ ਤੋਂ ਸਪੈਸ਼ਲੀ ਅੱਜ ਸੁੱਧਾ ਇੱਥੇ ਕੰਪੀਟੀਸ਼ਨ ਦੇ ਵਿੱਚ ਆਏ ਸੀਗੇ ਝੋਟੀ ਦਾ ਕੰਪੀਟੀਸ਼ਨ ਸੀ ਤੇ ਬਾਈ ਉੱਥੋਂ ਸਪੈਸ਼ਲੀ ਅੱਜ ਕਹਿੰਦੇ ਇੱਥੇ ਅਸੀਂ ਕੰਪੀਟੀਸ਼ਨ ਵੇਖਣ ਆਏ ਸੀਗੇ ਤਾਂ ਸਾਡੀ ਕਹਿੰਦੇ ਝੋਟੀ ਪਹਿਲੇ ਨੰਬਰ ਤੇ ਲੱਗੀ ਕਹਿੰਦੇ ਸਾਡੀ ਰੂਹ ਖੁਸ਼ ਹੋ ਗਈ ਆ ਸੋ ਦੇਖ ਸਕਦੇ ਤੁਸੀਂ ਇਹ ਸੀਗਾ ਮੁਕਾਬਲਾ ਦੋ ਦੰਦ ਨੀਲੀ ਰਾਵੀ ਝੋਟੀਆਂ ਦਾ ਦੋਸਤੋ ਤੁਸੀਂ ਦੇਖ ਸਕਦੇ ਆ ਸੋ ਸਿਰਾ ਹੋ ਗਿਆ ਦੋਸਤੋ ਕਿਉਂਕਿ ਮਿਹਨਤ ਬਹੁਤ ਕੜੀ ਕਰੀ ਹੁੰਦੀ ਆ ਦੋਸਤੋ ਐਵੇਂ ਨਹੀਂ ਇੱਥੇ ਨੰਬਰ ਲੱਗਦੇ ਸੋ ਦੇਖ ਸਕਦੇ ਤੁਸੀਂ ਸਿਰਾ ਗੱਲਬਾਤ ਆ ਦੇ ਇਹਦੀ ਝੋਟੀ ਦੀ ਤੁਸੀਂ ਡੀਲ ਡੋਲ ਬੋਡੀ ਸਟਰੈਚਰ ਦੇਖਿਓ ਮੈਂ ਨਾ ਕਿਆ ਬਾਤਾਂ ਵਾ ਦੋਸਤੋ ਸੋ ਜਿਹੜਾ ਰਿੰਗ ਦੇ ਵਿੱਚ ਦੇਖ ਸਕਦੇ ਤੁਸੀਂ ਇਹਦਾ ਠਾਠਾ ਮਾਰਦਾ ਹੋਇਆ ਇਕੱਠ ਝੋਟੀ ਦੇ ਆਲੇ ਦੁਆਲੇ ਵਿਆਹ ਜਿੰਨਾ ਇਕੱਠ ਹੋਇਆ ਦੋਸਤੋ ਸੋ ਠੀਕ ਹੈ ਜੀ ਹਾਂਜੀ ਕੋਈ ਨਹੀਂ ਹੈਗੀ ਆ ਹਾਂਜੀ ਬਿਲਕੁਲ ਬਿਲਕੁਲ ਜੀ ਸੋ ਆਹ ਦੇਖ ਸਕਦੇ ਤੁਸੀਂ ਸਾਹਮਣੇ ਬੋਡੀ ਸਟਰੈਚਰ ਢਾਂਚਾ ਇਹਦਾ ਜਿਹੜਾ ਇੱਕ ਵਾਰੀ ਚੈੱਕ ਕਰ ਲਓ ਇਹ ਐਵੇਂ ਨਹੀਂ ਦੋਸਤੋ ਇਹ ਸ਼ੌਂਕ ਜਿਹੜੇ ਆ ਖੂਨ ਕੀ ਹੁੰਦੇ ਆ ਅਤੇ ਸੋਨੇ ਦੇ ਕੈਂਠੇ ਆਪਾਂ ਗਲ 'ਚ ਪਾਉਂਦੇ ਬੰਦੇ ਵੇਖਿਆ ਝੋਟੀ ਦੇ ਕੈਂਠਾ ਜਿਹੜਾ ਗਲ 'ਚ ਪਾਇਆ ਦੋਸਤੋ ਇਹ ਆ ਝੋਟੀ ਪਹਿਲੇ ਨੰਬਰ ਵਾਲੀ ਮਾਲਕ ਇਹਨੂੰ ਉਮਰਾਂ ਲਾਵੇ ਚੰਗਾ ਰੂਪ ਦੇ ਕੇ ਬਾਈਆਂ ਦਾ ਨਾਂ ਰੋਸ਼ਨ ਕਰੇ ਦੋਸਤੋ ਧੰਨਵਾਦ ਜਿਉਂਦੇ ਬਹਾਦਰੋ ਪੰਜਾਬੀ ਉਹ ਵੀਡੀਓ ਦੇਖਣ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਉਹ ਮਾਲਕ ਤੁਹਾਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਧੰਨਵਾਦ